ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਪੰਜ ਦਿਨ ਤੋਂ ਤੁਹਾਨੂੰ ਸਾਰੇ ਭੋਗਪੁਰ ਵਾਸੀਆਂ ਨੂੰ ਪਤਾ ਹੈਗਾ ਕਿ ਸਾਡੇ ਭੋਗਪੁਰ ਦੇ ਵਿੱਚ ਜਿਹੜਾ CNG ਦਾ ਜਿਹੜਾ ਪਲਾਂਟ ਲੱਗਣ ਜਾ ਰਿਹਾ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਉਹਦੇ ਵਿੱਚ ਜਿਹੜਾ ਉਹਦਾ ਪਾਣੀ ਆ ਜਿਹੜਾ ਨਿਕਲਣਾ, ਜਾਂ ਉਹਦੇ ਵਿੱਚ ਜਿਹੜੀ ਇਹਨਾਂ ਨੇ ਕੂੜਾ ਲਿਆ ਕੇ ਉਹਦੀ ਗੈਸ ਬਣਾਉਣ ਦੀ ਜਿਹੜੀ ਆ ਉਹ ਪ੍ਰਕਿਰਿਆ ਹੈਗੀ ਆ ਉਹ ਕਰਨੀ ਆ, ਔਰ ਸਾਰੇ ਭੋਗਪੁਰ ਵਾਸੀਆਂ ਲਈ ਉਹ ਕਿੰਨਾ ਹਾਨੀਕਾਰਕ ਆ। ਔਰ ਅਸੀਂ ਇੱਕ ਬੇਨਤੀ ਕੀਤੀ ਸੀ ਸਾਰੇ ਪਿੰਡਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ, ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਕਿ ਸਾਡੇ ਨਾਲ ਹਰੇਕ ਵੇਲੇ ਖੜੇ ਹੋਣ ਲਈ, ਜਿੱਥੇ ਅਸੀਂ ਕੋਈ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਸਾਡੇ ਨਾਲ ਇੱਕ ਮੋਢੇ ਨਾਲ ਮੋਢਾ ਜੋੜ ਕੇ ਉਹ ਖੜੇ ਆ। ਤੇ ਮੈਂ ਅੱਜ ਆਪਣੇ ਸਾਰੇ ਭੋਗਪੁਰ ਵਾਸੀਆਂ ਨੂੰ, ਦੁਕਾਨਦਾਰ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਆ ਕਿ ਕੱਲ ਆਪਾਂ ਇੱਕ ਮੰਗ ਪੱਤਰ DC ਸਾਹਿਬ ਨੂੰ ਤੇ ਇੱਕ CM ਸਾਹਿਬ ਨੂੰ ਆਪਾਂ ਆ ਉਹ ਦੇਣਾ ਹੈਗਾ। ਅਸੀਂ ਕੋਈ ਵੀ ਇਦਾਂ ਦਾ ਕੰਮ ਨਹੀਂ ਕਰਨਾ ਕਿ ਜਿਹਦੇ ਨਾਲ ਸਾਡਾ ਕੋਈ ਅਸੀਂ ਕੋਈ ਧਰਨਾ ਲਾਉਣਾ, ਹਾਲੇ ਇਦਾਂ ਦਾ ਸਾਡਾ ਕੋਈ ਵੀ ਵਿਚਾਰ ਨਹੀਂ ਹੈਗਾ। ਜਿੰਨੀ ਦੇਰ ਤੱਕ ਸਰਕਾਰ ਨੂੰ ਸਰਕਾਰ ਸਾਡਾ ਹੱਥ ਪੱਲਾ ਨਹੀਂ ਫੜਦੀ, ਇਸ ਕਰਕੇ ਆਪਾਂ ਸਾਰਿਆਂ ਨੇ ਸਵੇਰੇ 9 ਵਜੇ ਆਪਣੇ ਘਰ ਦੇ ਵਿੱਚੋਂ ਇੱਕ ਇੱਕ ਬੰਦਾ ਗੱਡੀ ਸਮੇਤ ਜ਼ਰੂਰ ਭੇਜਣਾ ਹੈਗਾ। ਇਹ ਸਾਰੇ ਭੋਗਪੁਰ ਦਾ ਕੰਮ ਆ, ਇਹ ਇਕੱਲਾ ਸਾਡਾ ਕੰਮ ਜਾਂ ਐਸੋਸੀਏਸ਼ਨ ਦਾ ਨਹੀਂ, ਤੁਹਾਡੇ ਸਰ ਆਉਣ ਵਾਲੀ ਪੀੜ੍ਹੀ ਦਾ ਕੰਮ ਆ। ਔਰ ਜੇ ਸਾਨੂੰ ਸਰਕਾਰ ਸਾਡੀ ਕੋਈ ਵੀ ਕੋਈ ਮੰਗ ਨਹੀਂ ਸੁਣਦੀ, ਜੇ ਸਾਨੂੰ ਧਰਨਾ ਲਾਉਣ ਦੀ ਲੋੜ ਪਈ ਤੇ ਅਸੀਂ ਧਰਨਾ ਜ਼ਰੂਰ ਲਗਾਵਾਂਗੇ। ਦੂਜਾ ਨੰਬਰ ਇੱਥੇ ਦੇ ਜਿਹੜੇ ਇੰਚਾਰਜ ਹੈਗੇ ਆ ਜੀਤ ਲਾਲ ਭੱਟੀ ਜੀ, ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਕਿ ਉਹਨਾਂ ਨੂੰ ਸਾਡੇ ਨਾਲ ਤੁਰਨਾ ਚਾਹੀਦਾ ਆ, ਨਾ ਕਿ ਆਬਜੈਕਸ਼ਨ ਕਰਨਾ ਚਾਹੀਦਾ ਕਿ ਸਾਡੇ ਆਪੋਜੀਸ਼ਨ ਨਹੀਂ ਤੁਰਨਾ ਚਾਹੀਦਾ। ਅੱਜ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹਦੇ ਵਿੱਚ ਅਕਾਲੀ ਦਲ ਦੇ, BJP ਦੇ, ਕਾਂਗਰਸ ਦੇ, BSP ਦੇ ਸਾਰੇ ਜਿਹੜੇ ਲੀਡਰ ਸੀਗੇ, ਉਹਨਾਂ ਨੇ ਆਣ ਕੇ ਸਾਨੂੰ ਇੱਕੋ ਹੀ ਬੇਨਤੀ ਕੀਤੀ ਹੈ ਕਿ ਅਸੀਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਇਸ ਚੀਜ਼ ਦਾ ਵਿਰੋਧ ਕਰਾਂਗੇ, ਅਸੀਂ ਕੋਈ ਪਾਰਟੀ ਦੇ ਸੰਬੰਧਿਤ ਨਹੀਂ। ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਜ ਤੋਂ 2-4 ਸਾਲ ਪਹਿਲਾਂ ਜਿਸਲੇ ਵੀ ਇਹ ਮਿਲ ਦੇ ਵਿੱਚ ਲੱਗਣ ਲਈ ਜਿਹੜਾ ਕਿ ਮਤਾ ਪਾਸ ਕੀਤਾ ਗਿਆ ਸੀ, ਉਹਦੇ ਵਿੱਚ ਸਟੇਟਮੈਂਟ ਹੋਰ ਸੀ, ਉਹਦੇ ਵਿੱਚ ਇਹ ਸਟੇਟਮੈਂਟ ਨਹੀਂ ਸੀਗੀ, ਠੀਕ ਹੈ ਜੀ। ਤੇ ਜਿੱਦਾਂ ਕਿ ਕਮਿਸ਼ਨਰ ਸਾਹਿਬ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਕਿਹਾ ਹੈਗਾ ਕਿ ਇਹ ਜਿਹੜਾ ਕੂੜਾ ਆ, ਕੂੜੇ ਤੋਂ ਜਿਹੜੀ ਇਹ ਗੈਸ ਬਣੇਗੀ, ਠੀਕ ਹੈ, 70 ਟਨ ਜਿਹੜਾ ਰੋਜ਼ ਦਾ ਜਿਹੜਾ ਕੂੜਾ ਆਏਗਾ। ਔਰ ਫਾਟਕ ਤੇ ਤਾਂ ਪਹਿਲਾਂ ਹੀ ਇੰਨਾ ਰਸ਼ ਰਹਿੰਦਾ ਆ, ਠੀਕ ਹੈ ਜੀ, ਉੱਥੇ ਤਾਂ ਕੂੜੇ ਦੀਆਂ ਫਿਰ ਗੱਡੀਆਂ ਦੇ ਢੇਰ ਲੱਗਣਗੇ, ਆਵਾਜਾਈ ਠੱਪ ਹੋ ਜਾਏਗੀ। ਸਰਦੀਆਂ ਦੇ ਵਿੱਚ ਤਾਂ ਇੱਥੇ ਸਾਈਕਲ ਨਿਕਲ ਨਹੀਂ ਸਕਦਾ ਹੈਗਾ GT ਰੋਡ ਤੇ, ਤੇ ਜਿੱਦਾਂ ਗੱਡੀਆਂ ਆਉਣੀਆਂ ਤਾਂ ਫਿਰ ਸਾਡਾ ਕੀ ਹਾਲ ਬਣੇਗਾ। ਸਾਡੀ ਜਿਹੜੀ ਭੋਗਪੁਰ ਦੀ ਮਾਰਕੀਟ ਆ ਉਹਨੂੰ ਆਪਾਂ ਬਚਾਉਣਾ ਆ, ਆਪਾਂ ਇੱਥੇ ਦੇ ਲੋਕਾਂ ਨੂੰ ਬਚਾਉਣਾ, ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ। ਸੋ ਕਿਰਪਾ ਕਰਕੇ ਕੱਲ 9 ਵਜੇ ਦਾਣਾ ਮੰਡੀ ਵਿਖੇ ਆਪਾਂ ਸਾਰਿਆਂ ਨੇ ਪਹੁੰਚਣਾ ਆ, ਘਰ ਦੇ ਵਿੱਚੋਂ ਇੱਕ ਇੱਕ ਮੈਂਬਰ ਨਾਲ ਆਪਣੇ ਫਰੈਂਡ ਜਾਂ ਆਪਣੇ ਦੋਸਤ ਜਿਹਨੂੰ ਵੀ ਲੈ ਕੇ ਜਾਣਾ, ਇੱਕ ਬੇਨਤੀ ਆ ਉਸ ਜ਼ਰੂਰ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਮਪੁਰ ਰੋਡ ਤੋਂ ਸਾਡੇ ਜਿਹੜੇ ਆ ਪ੍ਰਧਾਨ ਸਾਹਿਬ ਦਸ਼ਮੇਸ਼ ਵਾਲੇ, ਇਹ ਅੱਜ ਤੋਂ ਜਿਹੜੇ ਆ ਅਸੀਂ ਇਹਨਾਂ ਨੂੰ ਉੱਥੇ ਦੇ ਪ੍ਰਧਾਨ ਬਣਾ ਰਹੇ ਹਾਂ ਜੀ।
ਕਦੀ ਵੀ ਕੋਈ ਕਿਸੇ ਨੂੰ ਦਿੱਕਤ ਹੋਵੇ ਆਰੰਭ ਰੋਡ ਤੇ ਤੇ ਉਹ ਭਾਜੀ ਦੇ ਨਾਲ ਆਣ ਕੇ ਸ਼ੇਅਰ ਕਰੇ, ਹਰੇਕ ਦੀ ਸੁਣਵਾਈ ਹੋਏਗੀ। ਕੋਈ ਵੀ ਦੁਕਾਨਦਾਰ, ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਉਹ ਗਰੁੱਪ ਦੇ ਵਿੱਚ ਸ਼ੇਅਰ ਕਰੇ, ਅਸੀਂ 24 ਘੰਟੇ ਉਹਦੇ ਨਾਲ ਖੜੇ ਆ। ਔਰ ਅੱਜ ਤੋਂ ਇੱਕ ਵਾਰੀ ਫਿਰ ਲੱਗਾ ਬੇਨਤੀ ਕਰਨ, ਭਾਜੀ ਜਿਹੜੇ ਆ ਉੱਥੇ ਦੇ ਪ੍ਰਧਾਨ ਜਿਹੜੇ ਆ ਆਪਾਂ ਨਿਯੁਕਤ ਕੀਤੇ ਆ, ਦਸ਼ਮੇਸ਼ ਪੇਂਟ ਸਟੋਰ ਵਾਲੇ।